ਪੰਜਾਬ ਦਾ ਕੋਈ ਟੋਲ ਪਲਾਜ਼ਾ ਐਸਾ ਨਹੀਂ ਰਿਹਾ ਜਿਹੜਾ ਜਿੱਥੇ ਲੋਕ ਜਾ ਕੇ ਨਹੀਂ ਬੈਠੇ ਔਰ ਮੁਕਤ ਨਹੀਂ ਕਰਾਏ। ਕਿਸਾਨ ਲਹਿਰ ਦਾ ਇੱਕ ਇੱਕ ਕਾਰਕੁਨ 16 ਦੇ ਇੱਕ ਵਿਆਪਕ ਭਾਰਤ ਬੰਦ ਦੀ ਤਿਆਰੀ 'ਚ ਸੀ। ਹਾਲੇ ਕਿਸਾਨ ਹਰਿਆਣੇ 'ਚ ਐਂਟਰ ਨਹੀਂ ਹੋਏ, ਉਹ ਪੰਜਾਬ ਦੀ ਧਰਤੀ 'ਤੇ ਹੀ ਨੇ। ਉਹ ਦਿੱਲੀ ਜਾਣਾ ਚਾਹੁੰਦੇ ਸੀ, ਕੇਂਦਰ ਸਰਕਾਰ ਨੇ ਹਰਿਆਣੇ ਨੂੰ ਇਸ਼ਾਰਾ ਕਰਕੇ ਦੋਹੇ ਪਾਸੇ ਭਾਜਪਾ ਦੀਆਂ ਸਰਕਾਰਾਂ ਰੋਕਾਂ ਲਾਤੀਆਂ। ਹਰਿਆਣਾ ਪੁਲਿਸ ਕੀ ਕਰ ਰਹੀ ਹੈ ਜੀ? ਹਰਿਆਣਾ ਪੁਲਿਸ ਡਰੋਨ ਪੰਜਾਬ ਦੇ ਏਰੀਏ 'ਚ ਧੱਕ ਕੇ ਹੰਝੂ ਗੈਸ ਸੁੱਟ ਰਹੀ। ਪੀਟੀ ਸੈੱਲ ਜੋ ਮਰਜ਼ੀ ਪ੍ਰੋਪੇਗੰਡਾ ਕਰ ਲਏ, ਲੋਕਾਂ ਨੂੰ ਪਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਲੋਕਾਂ 'ਚ ਹੀ ਵਿਚਰ ਰਹੇ ਨੇ ਅਤੇ ਲੋਕਾਂ ਦੀ ਗੱਲ ਕਰ ਰਹੇ ਨੇ। ਕਿੱਥੇ ਜਾ ਰਹੇ ਸੀ ਕਿਸਾਨ? ਆਪਣੇ ਦੇਸ਼ ਦੀ ਰਾਜਧਾਨੀ 'ਚ ਹੀ ਜਾ ਰਹੇ ਸੀ, ਆਪਣੇ ਹਾਈਵੇ ਦੇ ਉੱਪਰ ਇਹ ਆਪਣਾ ਉਹਨਾਂ ਨੇ ਕੋਈ ਟ੍ਰੈਫਿਕ ਨਹੀਂ ਸੀ ਰੋਕੀ। ਅੱਜ ਤਾਂ ਇਹ ਤਾਂ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਕਿਸਾਨਾਂ ਨੇ ਟ੍ਰੈਫਿਕ ਨਹੀਂ ਰੋਕੀ, ਤੁਸੀਂ ਰੋਕੇ ਨੇ ਤੁਹਾਡਾ। ਹਰਿਆਣੇ ਦੀ ਪੁਲਿਸ ਦਾ ਪੰਜਾਬ ਦੇ ਅੰਦਰ ਡਰੋਨ ਰਾਹੀਂ ਹਮਲਾ, ਇਹ ਬਿਲਕੁਲ ਠੀਕ ਨਹੀਂ ਹੈ। ਇਹ ਇੱਕ ਕਿਸਮ ਨਾਲ ਦੁਸ਼ਮਣ ਦੇਸ਼ ਵਰਗਾ ਵਿਹਾਰ ਕਰਨ ਦੀ ਰਵਾਇਤ ਹੈ ਜਿਹੜੀ, ਉਹਨੂੰ ਅੱਗੇ ਵਧਾਇਆ ਜਾ ਰਿਹਾ। ਅਸੀਂ ਖਾਤੇ ਕੀ ਕੌਣ ਕਿਹਦੇ ਖਾਤੇ 'ਚ ਪੈ ਰਿਹਾ ਮਸਲਾ ਨਹੀਂ, ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਮਸਲਾ। ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅਤੇ ਉਹਨਾਂ ਨਾਲ ਹੋਰ ਜਥੇਬੰਦੀਆਂ ਵੱਲੋਂ ਦਿੱਲੀ ਚੱਲੋ ਦਾ ਕੌਲ ਦਿੱਤਾ ਗਿਆ ਤਾਂ ਉਹਨਾਂ ਨੂੰ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਰੋਕ ਲਿਆ ਗਿਆ। ਪੁਲਿਸ ਨੇ ਜ਼ਬਰ ਕੀਤਾ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਮੁਕਾਬਲਾ ਹੋਇਆ। ਵੱਡੇ ਪੱਧਰ 'ਤੇ ਕਿਸਾਨ ਜਿਹੜੇ ਆ ਉਹ ਜ਼ਖਮੀ ਹੋਏ, ਪੂਰੀ ਦੁਨੀਆ ਨੇ ਦੇਖਿਆ। ਜਿੱਥੇ ਭਾਰਤ ਨੂੰ ਲੋਕਤੰਤਰ ਦੀ ਮਾਂ ਕਿਹਾ ਜਾਂਦਾ ਉੱਥੇ ਲੋਕਤੰਤਰ ਦਾ ਘਾਣ ਹੁੰਦਾ ਵੀ ਪੂਰੀ ਦੁਨੀਆ ਨੇ ਵੇਖਿਆ, ਤੁਸੀਂ ਮੀਡੀਆ ਰਾਹੀਂ ਤਸਵੀਰਾਂ ਦੇਖ ਲਈਆਂ ਹੋਣਗੀਆਂ। ਤਾਂ ਕਿਸਾਨਾਂ 'ਤੇ ਜੋ ਜ਼ਬਰ ਹੋਇਆ, ਦੇਸ਼ ਦੇ ਲੋਕਾਂ ਵਿੱਚ ਰੋਹ ਸੀਗਾ, ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਦੇ ਖਿਲਾਫ਼ ਕੌਲ ਦਿੱਤੀ ਗਈ ਸੀ ਅੱਜ ਕਿ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਕਿਸ ਰੂਪ ਦੇ ਵਿੱਚ ਇਹ ਪ੍ਰਦਰਸ਼ਨ ਹੋਏ, ਕਿੰਨੇ ਕੁ ਕਾਮਯਾਬ ਹੋਏ, ਕੱਲ੍ਹ ਦੇ ਬੰਦ ਦੀ ਵੀ ਕੌਲ ਹੈ ਅਤੇ ਸਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਪ੍ਰੈਸ ਸਕੱਤਰ ਨੇ ਰਵਿੰਦਰ ਸਿੰਘ ਪਟਿਆਲਾ ਜੀ। ਰਵਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ। ਅੱਜ ਕਿੱਦਾਂ ਦਾ ਪ੍ਰੋਗਰਾਮ ਰਿਹਾ ਜੀ? ਅਸੀਂ ਦੇਖਿਆ ਕਿ ਸ਼ੰਭੂ ਬਾਰਡਰ 'ਤੇ ਹਜੇ ਵੀ ਤਣਾਅ ਬਣਿਆ ਹੋਇਆ, ਹਜੇ ਵੀ ਕਿਸਾਨਾਂ ਅਤੇ ਪੁਲਿਸ ਦਾ ਉਸ ਤਰੀਕੇ ਨਾਲ ਮੁਕਾਬਲਾ ਚੱਲ ਰਿਹਾ, ਥਰੂ ਗੈਸ ਦੇ ਗੋਲੇ ਚੱਲ ਰਹੇ ਨੇ। ਇਸ ਦੇ ਵਿਰੋਧ ਦੇ ਵਿੱਚ ਅੱਜ ਕਿਸ ਤਰੀਕੇ ਦੇ ਪ੍ਰੋਗਰਾਮ ਲਿਖੇ ਗਏ ਸੰਯੁਕਤ ਕਿਸਾਨ ਮੋਰਚੇ ਵੱਲੋਂ? ਦੇਖੋ, ਕੱਲ੍ਹ ਐਮਰਜੈਂਸੀ ਮੀਟਿੰਗ ਹੋਈ ਸੀ ਜਲੰਧਰ 'ਚ, ਜਿਹਦੇ 'ਚ ਅਸੀਂ 16 ਦੇ ਬੰਦ ਦੇ ਨਾਲ ਨਾਲ ਇਹ ਫੌਰੀ ਫੈਸਲਾ ਕੀਤਾ ਕਿ ਅਸੀਂ ਇਸ ਜ਼ਬਰ ਦੇ ਖਿਲਾਫ਼ ਹੈ ਜਿਹੜਾ ਉਹ ਆਪਣਾ ਪ੍ਰਤੀਕਰਮ ਹੈ ਜਿਹੜਾ ਉਹ ਪ੍ਰਦਰਸ਼ਨ ਦੇ ਰੂਪ 'ਚ ਦਰਜ ਕਰਾਈਏ। ਪੰਜਾਬ ਦੀਆਂ ਜਥੇਬੰਦੀਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਇਹ 3 ਘੰਟੇ ਲਈ 11 ਤੋਂ 2 ਵਜੇ ਤੱਕ ਸਾਰੇ ਟੋਲ ਪਲਾਜ਼ੇ ਮੁਕਤ ਕਰਕੇ, ਲੋਕਾਂ ਲਈ ਫ੍ਰੀ ਕਰਕੇ ਅਤੇ ਧਰਨੇ ਦੇ ਕੇ ਆਪਣਾ ਪ੍ਰਦਰਸ਼ਨ ਰੋਸ ਜ਼ਾਹਰ ਕੀਤਾ। ਅਤੇ 2 ਜਥੇਬੰਦੀਆਂ ਨੇ 7 ਥਾਵਾਂ 'ਤੇ ਰੇਲਾਂ ਰੋਕ ਕੇ ਇਸ ਦਾ 3 ਘੰਟੇ ਲਈ ਉਹਨਾਂ ਨੇ ਵੀ ਰੇਲਾਂ ਰੋਕ ਕੇ 3 ਘੰਟੇ ਲਈ ਅਸੀਂ ਟੋਲ ਪਲਾਜ਼ੇ ਮੁਕਤ ਕੀਤੇ ਨੇ। ਇਸ ਤਰ੍ਹਾਂ ਇੱਕ ਵੱਜਵਾਂ ਪ੍ਰਤੀਕਰਮ ਹੈ ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਤਾ। 16 ਦੇ ਭਾਰਤ ਬੰਦ ਦੀ ਤਿਆਰੀ ਦੇ ਵਿੱਚ ਜੁਟੇ ਹੋਣ ਦੇ ਬਾਵਜੂਦ ਅਸੀਂ ਇਹ ਦਿੱਤਾ। ਔਰ ਸਾਡੇ ਅੱਜ ਜੋ ਮੇਰੇ ਕੋਲ ਰਿਪੋਰਟ ਹੈ, ਪੰਜਾਬ ਦਾ ਕੋਈ ਟੋਲ ਪਲਾਜ਼ਾ ਐਸਾ ਨਹੀਂ ਰਿਹਾ ਜਿਹੜਾ ਜਿੱਥੇ ਲੋਕ ਜਾ ਕੇ ਨਹੀਂ ਬੈਠੇ ਔਰ ਮੁਕਤ ਨਹੀਂ ਕਰਾਇਆ। ਔਰ ਵੱਡੀ ਗਿਣਤੀ 'ਚ ਕਿਸਾਨਾਂ ਨੇ ਮਤਲਬ ਇਸ ਨੂੰ ਹੁੰਗਾਰਾ ਭਰਿਆ ਔਰ ਦੱਸਿਆ ਕਿ ਕਿਸਾਨ ਇਸ ਜ਼ਬਰ ਦੀ ਘਟਨਾ ਦੇ ਖਿਲਾਫ਼ ਖਾਸਾ ਰੋਸ ਹੈ ਜਿਹੜਾ ਉਹਨਾਂ ਦੇ ਮਨ 'ਚ ਹੈਗਾ, ਗੁੱਸਾ ਹੈ ਜਿਹੜਾ ਉਹਨਾਂ ਦੇ ਮਨ 'ਚ ਹੈਗਾ ਆ। ਤੋ
ਕੁੱਲ ਮਿਲਾ ਕੇ ਇਹ ਜਬਰ ਸਕਸੈਸਫੁਲ ਰਿਹਾ। ਉਸੇ ਤੋਂ ਬਾਅਦ 2 ਵਜੇ ਤੋਂ ਬਾਅਦ ਸਾਰੀਆਂ ਕਿਸਾਨ ਟੀਮਾਂ ਫਿਰ ਭਾਰਤ ਬੰਦ ਦੀ ਤਿਆਰੀ 'ਚ ਜੁੱਟ ਗਈਆਂ। ਕੱਲ੍ਹ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਬੰਦ ਦਾ ਸੱਦਾ ਆ। ਉਹਦੇ ਲਈ ਬਕਾਇਦਾ ਰੂਪ 'ਚ ਗਾਈਡਲਾਈਨਸ ਵੀ ਜਾਰੀ ਕੀਤੀਆਂ ਨੇ। ਸ਼ਹਿਰਾਂ 'ਚ ਸਵੇਰ ਤੋਂ ਦੁਕਾਨਾਂ 4 ਵਜੇ ਤੱਕ ਬੰਦ ਦੀ ਅਪੀਲ ਆ ਸਾਡੀ। ਅਸੀਂ ਪੰਜਾਬ ਦੇ, ਮੈਂ ਤੁਹਾਡੇ ਚੈਨਲ ਰਾਹੀਂ ਪੰਜਾਬ ਦੇ ਸਾਰੇ ਆਮ ਵਪਾਰੀ ਨੂੰ, ਆਮ ਦੁਕਾਨਦਾਰ ਨੂੰ, ਆਮ ਰੇਹੜੀ ਫੜੀ ਵਾਲੇ ਨੂੰ ਅਪੀਲ ਕਰਦੇ ਹਾਂ ਕਿ ਇਸ ਬੰਦ 'ਚੋਂ ਸ਼ਮੂਲੀਅਤ ਕਰਨ, ਕਿਉਂਕਿ ਖੇਤੀ ਦਾ ਅਤੇ ਪੰਜਾਬ ਦੀ ਆਰਥਿਕਤਾ ਦਾ ਗਹਿਰਾ ਰਿਸ਼ਤਾ ਆ। ਜੇ ਖੇਤੀ ਠੀਕ ਢੰਗ ਨਾਲ ਚੱਲੇਗੀ ਤਾਂ ਪੰਜਾਬ ਦਾ ਜਿਹੜੀ ਮਾਰਕੀਟ ਹੈ, ਮੰਡੀ ਹੈ, ਉਹ ਤਾਂ ਚੱਲਣੀ ਹੈ, ਦੁਕਾਨਦਾਰੀ ਤਾਂ ਚੱਲਣੀ ਹੈ, ਵਪਾਰ ਤਾਂ ਚੱਲਣਾ। ਔਰ ਇਸ ਕਰਕੇ ਜੇ ਖੇਤੀ ਤਬਾਹ ਹੁੰਦੀ ਹੈ ਤਾਂ ਇਸ ਦਾ ਅਸਰ ਸਾਰੇ ਕਾਰੋਬਾਰਾਂ 'ਤੇ ਪੈਣਾ। ਔਰ ਸਾਨੂੰ ਜੋ ਮੇਰੇ ਕੋਲ ਰਿਪੋਰਟ ਹੈ, ਪੰਜਾਬ 'ਚੋਂ ਬਹੁਤ ਲੋਕਾਂ ਨੇ ਜਿਹੜਾ ਜਿਵੇਂ ਕਹਿੰਦੇ ਵੀ ਸਤਿਕਾਰ ਵੀ ਦਿੱਤਾ, ਆਦਰ ਮਾਣ ਵੀ ਦਿੱਤਾ, ਔਰ ਜਿਹੇ ਜਿਹੀਆਂ ਰਿਪੋਰਟਾਂ ਨੇ ਕਿ ਅਸੀਂ ਲਗਭਗ ਜਿਸ ਦੁਕਾਨ ਤੱਕ ਵੀ ਸਾਡੇ ਵਰਕਰਾਂ ਨੇ ਪਹੁੰਚ ਕੀਤੀ ਹੈ ਤਾਂ ਪਹਿਲਾਂ ਹੀ ਅਗਲਾ ਕਹਿੰਦਾ ਵੀ ਸਾਨੂੰ ਪਤਾ ਆ ਵੀ 16 ਦਾ ਬੰਦ ਆ, ਪਰ ਫਿਰ ਵੀ ਵੱਡੀ ਪੱਧਰ 'ਤੇ ਅਸੀਂ ਦੁਵਰਕੀ ਵੰਡੀ ਹੈ ਜਿਹੜੀ ਖੇਤੀ ਅਤੇ ਕਿਸਾਨ ਮੰਗਾਂ ਦਾ ਜਾਂ ਖੇਤ ਮਜ਼ਦੂਰਾਂ ਦੀਆਂ ਮੰਗਾਂ ਦਾ ਦੁਕਾਨਦਾਰਾਂ ਨਾਲ ਕੀ ਸੰਬੰਧ ਆ, ਇਸ ਨੂੰ ਅਸੀਂ ਖੁੱਲ੍ਹ ਕੇ ਜਿਹੜਾ ਰੱਖਿਆ। ਜਿਵੇਂ ਤੁਸੀਂ ਕਹਿ ਰਹੇ ਹੋ ਕਿ 16 ਦੇ ਬੰਦ ਦਾ ਵੀ ਭਰਵਾਂ ਹੰਗਾਰਾ, ਅੱਜ ਦਾ ਜਿਹੜਾ ਕੌਲ ਸੀਗਾ ਬਿਲਕੁਲ ਫੌਰੀ ਤੌਰ 'ਤੇ ਤੁਸੀਂ ਕੌਲ ਕੀਤਾ ਕਿ ਅੱਜ ਜਿਹੜੇ ਆ ਟੋਲ ਪਲਾਜ਼ੇ ਫ੍ਰੀ ਕੀਤੇ ਜਾਣ ਅਤੇ ਉਹਨੂੰ ਵੀ ਭਰਵਾਂ ਹੰਗਾਰਾ ਮਿਲਦਾ, ਲੋਕ ਸੜਕਾਂ 'ਤੇ ਉਤਰਦੇ ਆ, ਇੱਕ ਦਿਨ ਬਾਅਦ ਵੀ ਐਕਸ਼ਨ ਕਰਨਾ, ਇਹਦਾ ਮਤਲਬ ਕਿ ਸੰਯੁਕਤ ਕਿਸਾਨ ਮੋਰਚਾ ਹਜੇ ਵੀ ਇੱਕ ਬਹੁਤ ਤਕੜੀ ਫੋਰਸ ਹੈ, ਇੱਕ ਰੈਲੇਵੈਂਟ ਫੋਰਸ ਆ ਲੋਕਾਂ ਦੇ ਵਿੱਚ। ਦੇਖੋ, ਸੰਯੁਕਤ ਕਿਸਾਨ ਮੋਰਚੇ ਦਾ ਜਦੋਂ ਦਿੱਲੀ ਦਾ ਇਤਿਹਾਸਕ ਘੋਲ ਲੜਿਆ, ਉਸ ਤੋਂ ਬਾਅਦ 'ਚੋਂ ਇਸ ਦੇਸ਼ ਦੇ ਵਿੱਚ ਜੋ ਅੱਜ ਮੋਦੀ ਹਕੂਮਤ ਕਰ ਰਹੀ ਹੈ ਜਾਂ ਜੋ ਪਿਛਲੇ 10 ਸਾਲਾਂ 'ਚ ਉਹਨਾਂ ਨੇ ਕੀਤਾ, ਉਹਦੇ ਮੁਕਾਬਲੇ ਇੱਕ ਠੋਸ ਅਤੇ ਭਰੋਸੇਯੋਗ ਓਪੋਜੀਸ਼ਨ ਦੇ ਰੂਪ 'ਚ ਸਾਹਮਣੇ ਹੈ। ਲੋਕ ਭਰੋਸਾ ਕਰਦੇ ਨੇ, ਇਹ ਭਰੋਸਾ ਦੇਸ਼ ਦੇ ਵੱਖ ਵੱਖ ਤਬਕਿਆਂ ਦੀਆਂ ਜਥੇਬੰਦੀਆਂ ਨੂੰ ਵੀ ਜਦੋਂ ਅਸੀਂ ਇੱਕ ਵਿਆਪਕ ਰੂਪ 'ਚ, ਸਾਂਝੇ ਰੂਪ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੇ ਭਰੋਸਾ ਪ੍ਰਗਟ ਕੀਤਾ ਔਰ ਉਹ ਆਏ ਨੇ। ਔਰ ਅੱਜ ਜਿਹੜਾ ਇਹ ਪ੍ਰਦਰਸ਼ਨ ਹੈ, ਅੱਜ ਦੇ ਪ੍ਰਦਰਸ਼ਨ 'ਚ ਵੀ ਜੇ ਕਿਸਾਨ ਆਏ ਨੇ ਤਾਂ ਇੱਕ, ਕਿਉਂਕਿ ਭਾਜਪਾ ਦੇ ਆਈ ਟੀ ਸੈੱਲ ਜਾਂ ਕਿਸੇ ਵੀ ਤਰ੍ਹਾਂ ਦੇ ਇਸੇ ਆਈ ਟੀ ਸੈੱਲ ਵੱਲੋਂ ਇੱਕ ਪ੍ਰੋਪੇਗੰਡਾ ਆ ਕਿ ਕਿੱਥੇ ਗਏ ਕਿਸਾਨ ਆਗੂ, ਜਦੋਂ ਜਬਰ ਹੋ ਰਿਹਾ ਉਹ ਤਾਂ ਘਰਾਂ 'ਚ ਬੈਠੇ ਨੇ। ਕਿਸਾਨ ਲਹਿਰ ਦਾ ਇੱਕ ਇੱਕ ਕਾਰਕੁਨ 16 ਦੇ ਇੱਕ ਵਿਆਪਕ ਭਾਰਤ ਬੰਦ ਦੀ ਤਿਆਰੀ 'ਚ ਸੀ, ਸੜਕਾਂ 'ਤੇ ਸੀ, ਔਰ ਇਸ ਤਿਆਰੀ ਲਈ ਵਿਆਪਕ ਗੋਲਬੰਦੀ ਉਹਨਾਂ ਨੇ ਪਿਛਲੇ ਸਾਲ ਤੋਂ ਸ਼ੁਰੂ ਕੀਤੀ ਹੋਈ ਆ। ਹਰ ਤਬਕੇ ਤੱਕ ਅਸੀਂ ਪਹੁੰਚ ਕੀਤੀ ਹੈਗੀ ਆ ਇਸ ਦੇਸ਼ ਦੀ, ਕਿਉਂਕਿ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਸਿੰਘੂ ਅਤੇ ਟਿੱਕਰੀ ਅਤੇ ਗਾਜ਼ੀਪੁਰ ਬਾਰਡਰਾਂ 'ਤੇ ਜਦੋਂ ਗੂੰਜਦਾ ਸੀ ਦਿੱਲੀ ਮੋਰਚੇ ਵੇਲੇ, ਤਾਂ ਅਕਸਰ ਇੱਕ ਸਵਾਲ ਉੱਠਦਾ ਸੀਗਾ ਕਿ ਮਜ਼ਦੂਰਾਂ ਦੀ ਇਹ ਨਾਰਾ ਤਾਂ ਮਾਰਦੇ ਹੋ, ਮਜ਼ਦੂਰ ਦੀ ਗੱਲ ਨਹੀਂ ਹੁੰਦੀ। ਤਾਂ ਅਸੀਂ ਮਜ਼ਦੂਰਾਂ ਦੇ ਜਥੇਬੰਦ ਹਿੱਸਿਆਂ ਤੱਕ, ਚਾਹੇ ਉਹ ਟ੍ਰੇਡ ਯੂਨੀਅਨ ਦੇ ਰੂਪ 'ਚ ਹੈ, ਚਾਹੇ ਖੇਤ ਮਜ਼ਦੂਰਾਂ ਦੇ ਰੂਪ 'ਚ ਹੈ, ਚਾਹੇ ਪੇਂਡੂ ਮਜ਼ਦੂਰਾਂ ਦੇ ਰੂਪ 'ਚ, ਪੰਜਾਬ ਦੇ ਅੰਦਰ ਵੀ ਖੇਤ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀਆਂ ਜਥੇਬੰਦੀਆਂ ਦਾ ਇੱਕ ਮੋਰਚਾ ਬਣਿਆ ਹੋਇਆ, ਅਸੀਂ ਉਹਦੇ ਤੱਕ ਵੀ ਪਹੁੰਚ ਕੀਤੀ ਹੈ। ਦੇਸ਼ ਪੱਧਰ ਦਾ 5 ਜਥੇਬੰਦੀਆਂ ਦਾ, ਖੇਤ ਮਜ਼ਦੂਰਾਂ ਦੀਆਂ ਜਥੇਬੰਦੀਆਂ ਦਾ ਮੋਰਚਾ ਬਣਿਆ ਹੋਇਆ, ਉਹਦੇ ਤੱਕ ਪਹੁੰਚ ਕੀਤੀ ਹੈ। ਦੇਸ਼ ਦੀ ਕੋਈ ਟ੍ਰੇਡ ਯੂਨੀਅਨ ਨਹੀਂ ਛੱਡੀ ਜਿਹਦੇ ਤੱਕ ਸਾਡੀ ਪਹੁੰਚ ਨਾ ਹੋਈ ਹੋਵੇ, ਜਿੱਥੋਂ ਤੱਕ ਸਾਡੀ ਸਾਨੂੰ ਜਾਣਕਾਰੀ ਸੀ ਅਸੀਂ ਕੋਈ ਵੀ ਨਹੀਂ ਛੱਡਿਆ, ਸਭ ਤੱਕ ਪਹੁੰਚ ਕੀਤੀ ਹੈ। ਤੋ ਇਸ ਤਰ੍ਹਾਂ ਇੱਕ ਵਿਆਪਕ ਇਕਜੁੱਟਤਾ ਬਣਾ ਕੇ ਕਿਸਾਨਾਂ ਦੀ MSP ਕਰਜ਼ਾ ਮੁਕਤੀ, ਖੇਤ ਮਜ਼ਦੂਰਾਂ ਦੀ ਵੀ ਕਰਜ਼ਾ ਮੁਕਤੀ, ਔਰ ਬਾਕੀ ਜਿਹੜੀਆਂ ਕਿਸਾਨ ਮੰਗਾਂ ਨੇ, ਚਾਹੇ ਉਹ ਪ੍ਰੀਪੇਡ ਮੀਟਰਾਂ ਦਾ ਵਿਰੋਧ ਆ ਜਾਂ ਹੋਰ ਸਾਰੀਆਂ ਗੱਲਾਂ, ਇਹਨਾਂ ਔਰ ਮਜ਼ਦੂਰਾਂ ਦੀਆਂ ਵੀ ਮੰਗਾਂ ਜਿਹਦੇ 'ਚ 4 ਲੇਬਰ ਕੋਡ ਦਾ ਸਵਾਲ ਹੈ ਔਰ ਨਿੱਜੀਕਰਨ ਦਾ ਸਵਾਲ ਆ, ਵੀ ਨਿੱਜੀਕਰਨ ਜਿਹੜਾ ਪਬਲਿਕ ਸੈਕਟਰ ਦਾ ਹੋ ਰਿਹਾ, ਜੋਬ ਗਰੰਟੀ ਦਾ ਸਵਾਲ ਆ, ਜੇ ਬੇਰੁਜ਼ਗਾਰੀ ਬਹੁਤ ਵੱਧ ਰਹੀ ਹੈ ਉਹਦੇ 'ਚ ਜੋਬ ਦੀ ਗਰੰਟੀ ਦਾ ਕੁਸ਼ਚਨ ਫੰਡਾਮੈਂਟਲ ਰਾਈਟ ਬਣਨਾ ਚਾਹੀਦਾ। ਇਸ ਗੱਲ ਨੂੰ ਲੈ ਕੇ
ਔਰ ਜਿਹੜੀ ਠੇਕੇਦਾਰੀ ਕਰਨ ਹੈ ਬਹੁਤ ਮਾਮੂਲੀ ਪੈਸਿਆਂ 'ਤੇ ਲੋਕ ਕੰਮ ਕਰਨ ਲਈ ਮਜਬੂਰ ਨੇ, ਪੜ੍ਹਿਆ ਲਿਖਿਆ ਤਬਕਾ, ਪੀ ਐੱਚ ਡੀ ਕਰਿਆ ਤਬਕਾ ਜਿਹੜਾ ਅੜਾਹੌਕਿਜ਼ਮ ਦਾ ਸ਼ਿਕਾਰ ਹੈ, ਠੇਕੇਦਾਰੀ ਕਰਨ ਦਾ ਸ਼ਿਕਾਰ ਹੈ, ਤਾਂ ਇਹ ਜਿਹੜਾ ਠੇਕੇਦਾਰੀ ਕਰਨ ਦੇ ਖਿਲਾਫ਼ ਵੀ ਜਿਹੜਾ ਇਹ ਇੱਕ ਮਾਮਲਾ ਲਿਆਂਦਾ ਗਿਆ, ਐਜੂਕੇਸ਼ਨ ਪੋਲਿਸੀ 2020 ਨੂੰ ਵੀ ਇਹ ਹੱਥ ਲਿੱਤਾ ਆ, ਤਾਂ ਇਹਨਾਂ ਸਾਰੀਆਂ ਗੱਲਾਂ 'ਤੇ ਇੱਕ ਵਿਆਪਕ ਏਕਤਾ ਉਸਾਰਦੇ ਹੋਏ, ਹਿੱਟ ਐਂਡ ਰਨ ਦਾ ਕਾਨੂੰਨ ਹੈ, ਜੇ ਜੋ ਪ੍ਰਚੂਨ ਖੇਤਰ 'ਚ ਕਾਰਪੋਰੇਟ ਆ ਰਿਹਾ ਉਸ ਨਾਲ ਦੁਕਾਨਦਾਰਾਂ ਦਾ ਜਾੜਾ ਹੋਣਾ, ਤਾਂ ਇੱਕ ਵਿਆਪਕ ਪੰਜਾਬ ਦੇ ਦਿਹਾਤੀ ਵਿਕਾਸ ਫੰਡ ਰੋਕਿਆ ਹੋਇਆ ਹੈ, ਮੰਡੀ ਤੋੜਨ ਲਈ ਖੇਡ ਹੈ ਸਾਰੀ ਦੀ ਸਾਰੀ, ਤਾਂ ਇਹਨਾਂ ਗੱਲਾਂ ਨੂੰ ਇੱਕ ਵਿਆਪਕਤਾ 'ਚ ਲਿਆਉਂਦੇ ਹੋਏ ਪਿਛਲੇ ਸਮੇਂ ਤੋਂ ਅਗਰ ਅਸੀਂ ਮੈਦਾਨ 'ਚ ਹਾਂ, ਔਰ ਜਦੋਂ ਇਸ ਤਰ੍ਹਾਂ ਦੀ ਵਿਆਪਕ ਏਕਤਾ ਇੱਕ ਭਰੋਸੇਯੋਗਤਾ ਹੋਵੇ ਕਿਸੇ ਮੋਰਚੇ ਪ੍ਰਤੀ, ਤਾਂ ਲੋਕ ਜਦੋਂ ਇਹ ਜਬਰ ਹੋਇਆ ਤਾਂ ਜਦੋਂ ਸੰਯੁਕਤ ਮੋਰਚੇ ਨੇ ਕੱਲ੍ਹ ਹੀ ਫੌਰੀ ਮੀਟਿੰਗ ਕੀਤੀ ਅਤੇ ਅੱਜ ਸੱਦਾ ਦਿੱਤਾ ਆ, ਤਾਂ ਅੱਜ ਲੋਕਾਂ ਨੇ ਹੁੰਗਾਰਾ ਭਰਿਆ ਆ, ਕਿਉਂਕਿ ਲੋਕਾਂ ਨੂੰ ਪਤਾ, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ, ਆਈਟੀ ਸੈੱਲ ਜੋ ਮਰਜ਼ੀ ਪ੍ਰੋਪੇਗੰਡਾ ਕਰ ਲਏ, ਲੋਕਾਂ ਨੂੰ ਪਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਆਗੂ ਲੋਕਾਂ 'ਚ ਹੀ ਵਿਚਰ ਰਹੇ ਨੇ ਅਤੇ ਲੋਕਾਂ ਦੀ ਗੱਲ ਕਰ ਰਹੇ ਨੇ, ਇਸ ਕਰਕੇ ਲੋਕਾਂ ਨਾਲ ਜਿਹੜਾ ਇੱਕ ਰਿਸ਼ਤਾ ਜੁੜਿਆ ਹੋਣ ਕਰਕੇ, ਕਿਸਾਨਾਂ ਨਾਲ ਇੱਕ ਰਿਸ਼ਤਾ ਜੁੜਿਆ ਹੋਇਆ, ਔਰ ਉਹ ਰਿਸ਼ਤਾ ਅੱਜ ਇਸ ਜਬਰ ਦੇ ਖਿਲਾਫ਼ ਇੱਕ ਆਵਾਜ਼ ਬਣ ਕੇ ਆਇਆ। ਜਦੋਂ ਦਾ ਕੱਲ੍ਹ ਅਸੀਂ ਇਹ ਐਲਾਨ ਕੀਤਾ ਤਾਂ ਸਾਨੂੰ ਸਾਡੇ ਕੋਲ ਜੋ ਰਿਪੋਰਟ ਆ ਵੀ ਉੱਥੇ ਕੁਝ ਠੱਲ ਪਈ ਆ, ਹੈ ਨਾ, ਸਰਕਾਰ ਨੇ ਗੱਲਬਾਤ ਸ਼ੁਰੂ ਕੀਤੀ ਆ, ਹੁਣ ਗੱਲਬਾਤ ਦੇ ਟੇਬਲ 'ਤੇ ਤਾਂ ਉਹਨਾਂ ਜਥੇਬੰਦੀਆਂ ਦਾ ਮਾਮਲਾ ਕਿ ਉਹਨਾਂ ਨੇ ਕਿਵੇਂ ਨਿਬੇੜਨਾ, ਕਿਵੇਂ ਨਹੀਂ ਨਿਬੇੜਨਾ, ਉਹਨਾਂ ਨੇ ਕਿਸ ਤਰ੍ਹਾਂ ਇਸ ਮੰਗ, ਪਰ ਸਾਡੀ ਮੰਗ ਜ਼ਰੂਰ ਹੈ ਕਿ ਜ਼ਬਰ ਬੰਦ ਕੀਤਾ ਜਾਵੇ ਅਤੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਦਾ ਨਿਪਟਾਰਾ ਕਰੇ। ਤੁਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ 16 'ਤੇ ਬੰਦ ਦੀ ਕੌਲ ਦੇ ਰਹੇ ਸੀਗੇ, ਉਹਨਾਂ ਵੱਲੋਂ ਦਿੱਲੀ ਚਲੋ ਦੀ ਕੌਲ ਜਿਹੜੀ ਆ ਉਹ 3 ਦਿਨ ਪਹਿਲਾਂ ਦਿੱਤੀ ਹੋਈ ਸੀਗੀ 13 ਤਰੀਕ ਦੀ, ਹੁਣ ਜਦੋਂ ਉਹ 13 ਨੂੰ ਜਾਂਦੇ ਆ ਦਿੱਲੀ, ਉਹਨਾਂ 'ਤੇ ਜ਼ਬਰ ਹੁੰਦਾ ਅਤੇ ਤੁਹਾਨੂੰ ਉਹਨਾਂ 'ਤੇ ਪਿੱਛੇ ਐਕਸ਼ਨ ਕਰਨੇ ਪੈਂਦੇ ਆ, ਕਿਤੇ ਨਾ ਕਿਤੇ ਤੁਹਾਡੇ ਜਿਹੜੇ ਐਕਸ਼ਨ ਆ ਉਹਨਾਂ ਦੇ ਖਾਤੇ ਪੈ ਰਹੇ ਆ, ਕਿਤੇ ਇਹ ਗੱਲ ਤਾਂ ਨਹੀਂ ਹੈ ਕਿ ਉਹ ਜਿਹੜੇ ਉਹ ਲੀਡਰ ਨੇ ਉਹ ਜ਼ਿਆਦਾ ਉੱਭਰ ਰਹੇ ਨੇ, ਇਸ ਕੰਮ ਕਿਤੇ ਨਾ ਕਿਤੇ ਪਿੱਛੇ ਰਹਿ ਰਹੇ ਆਪਣੀ ਕਾਰਗੁਜ਼ਾਰੀ ਦੇ ਵਿੱਚ? ਦੇਖੋ, ਅਸੀਂ ਖਾਤੇ ਕੀ ਕੌਣ ਕਿਹਦੇ ਖਾਤੇ 'ਚ ਪੈ ਰਿਹਾ ਮਸਲਾ ਨਹੀਂ, ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦਾ ਮਸਲਾ ਆ, ਉਹਨਾਂ ਦੀ ਜ਼ਿੰਦਗੀ ਦਾ ਸਵਾਲ ਆ, ਉਹਨਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਦੇ ਮੁੱਦੇ ਨੇ, ਅਸੀਂ ਇਸ ਤਰ੍ਹਾਂ ਦੇ ਚਮਕਣ ਚੁਕਾਉ ਮੰਗਾਉਣ ਵਾਲੇ ਮਾਮਲੇ 'ਚ ਨਹੀਂ ਹੈਗੇ, ਸੰਯੁਕਤ ਕਿਸਾਨ ਮੋਰਚਾ ਨਾ ਹੀ ਇਸ ਤਰ੍ਹਾਂ ਸੋਚਦਾ। ਅਸੀਂ ਇਸ ਦੇਸ਼ 'ਚ ਜੋ ਕੁਝ ਹੋ ਰਿਹਾ ਸੀ ਕਿ ਮੋਦੀ ਇੱਕ ਖੜੀ ਕਰ ਰਿਹਾ ਗੱਲ ਕਿ ਅਸੀਂ ਵਿਸ਼ਵ ਗੁਰੂ ਬਣ ਰਹੇ ਹਾਂ, ਇਸ ਦੇਸ਼ 'ਚ ਜੋ ਬਿਰਤਾਂਤ ਖੜਾ ਕੀਤਾ ਜਾ ਰਿਹਾ ਭਾਜਪਾ ਅਤੇ RSS ਵੱਲੋਂ, ਉਹ ਇਹ ਹੈ ਕਿ ਵੀ ਬਹੁਤ ਕੁਛ ਜਿਹੜਾ ਹੈ ਭਾਰਤ ਵਿਸ਼ਵ ਸ਼ਕਤੀ ਬਣਨ ਵਾਲੇ ਪਾਸੇ ਜਾ ਰਿਹਾ, ਜਦੋਂ ਕਿ ਇਸ ਦੇਸ਼ ਦੇ ਜਿਹੜੇ ਖੇਤ ਮਜ਼ਦੂਰ ਅਤੇ ਕਿਸਾਨੀ ਤਬਕਾ ਆ ਜਾਂ ਇਸ ਦੇਸ਼ ਦੇ ਆਮ ਜਿਹੜੇ ਲੋਕ ਨੇ ਉਹ ਜ਼ਿਆਦਾ ਗਰੀਬੀ 'ਚ ਧੱਸ ਰਹੇ, ਪਾੜਾ ਜ਼ਿਆਦਾ ਵੱਧ ਰਿਹਾ ਅਮੀਰ ਅਤੇ ਗਰੀਬ ਦੇ ਵਿਚਕਾਰ, ਖੁਸ਼ਹਾਲੀ ਦੇ ਇੰਡੈਕਸ 'ਚ ਭਾਰਤ ਲਗਾਤਾਰ ਪਛੜਦਾ ਜਾ ਰਿਹਾ, ਭੁੱਖਮਰੀ ਦੇ ਇੰਡੈਕਸ 'ਚ ਭਾਰਤ ਲਗਾਤਾਰ ਪਛੜਦਾ ਜਾ ਰਿਹਾ। ਇਸ ਪ੍ਰਸਥਿਤੀ 'ਚ ਜਿਹੜਾ ਇਹ ਸਾਰਾ ਕੁਛ ਹੈ ਉਸ 'ਚ ਜ਼ਰੂਰੀ ਬਣ ਜਾਂਦਾ ਕਿ ਕਿਸਾਨਾਂ ਦੇ, ਮਜ਼ਦੂਰਾਂ ਦੇ, ਦੁਕਾਨਦਾਰਾਂ ਦੇ, ਡਰਾਈਵਰਾਂ ਦੇ, ਆਮ ਲੋਕਾਂ ਦੇ ਮੁੱਦੇ ਕੇਂਦਰ ਬਿੰਦੂ 'ਚ ਆਉਣ, ਦੇਸ਼ ਦੀ ਸਿਆਸਤ ਦੇ ਕੇਂਦਰ ਬਿੰਦੂ 'ਚ ਆਉਣ, ਤਾਂ ਜੋ ਪੋਲੀਟੀਕਲ ਪਾਰਟੀਆਂ ਇਸ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਮਸਲੇ ਹੱਲ ਕਰਨ, ਲੋਕਾਂ ਦੇ ਮਸਲੇ ਹੱਲ ਕਰਨ। ਇਹ ਜ਼ਿੰਮੇਵਾਰੀ ਸਾਡੀ ਹੈ, ਇਸ ਜ਼ਿੰਮੇਵਾਰੀ ਲਈ ਅਸੀਂ 16 ਦੀ ਵਿਆਪਕ ਤਿਆਰੀ 'ਚ ਹਾਂ। ਹੁਣ ਕੁਝ ਸੰਗਠਨਾਂ ਨੇ 13 ਦਾ ਸੱਦਾ ਦੇ ਲਿਆ, ਉਹ ਦੇਣ ਲਈ ਫ੍ਰੀ ਸੀ, ਉਹਨਾਂ 'ਤੇ ਜ਼ਬਰ ਕੀਤਾ, ਹੁਣ ਇਹ ਜ਼ਬਰ ਕਰਨ 'ਚ ਵੀ ਮੋਦੀ ਗੌਰਮੈਂਟ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ 'ਚ ਫੇਲ ਸਾਬਤ ਹੋਈ ਹੈ। ਕੀ ਹੈ ਸੰਵਿਧਾਨਕ ਜ਼ਿੰਮੇਵਾਰੀ? ਇਸ ਦੇਸ਼ ਦਾ ਸੰਵਿਧਾਨ ਗੌਰਮੈਂਟ ਨੂੰ ਇਹ ਵਾਧਿਆ ਕਰਦਾ, ਇਸ ਗੱਲ ਦੀ ਪਾਬੰਦੀ ਹੈ, ਉਹਦੀ ਜਿਹਨੂੰ ਕਹਿੰਦੇ ਉਹਦੀ ਜ਼ਿੰਮੇਵਾਰੀ ਹੈ ਇਹ ਕਿ ਉਹ ਇਸ ਦੇਸ਼ ਦੇ ਨਾਗਰਿਕਾਂ ਦੇ ਜਮਹੂਰੀ ਅਧਿਕਾਰਾਂ ਦੀ ਫੰਡਾਮੈਂਟਲ ਰਾਈਟਸ ਨੂੰ ਪ੍ਰੋਟੈਕਟ ਕਰੇ। ਰਾਈਟ ਟੂ ਪ੍ਰੋਟੈਸਟ, ਰਾਈਟ ਟੂ ਸਪੀਕ, ਰਾਈਟ ਟੂ ਅਸੈਂਬਲ ਫੰਡਾਮੈਂਟਲ ਰਾਈਟ ਨੇ,
ਇਕੱਠੇ ਹੋਣਾ, ਸੰਘਰਸ਼ ਕਰਨਾ, ਆਲੋਚਨਾ ਕਰਨਾ ਸਰਕਾਰ ਦੀ, ਇਹ ਬੁਨਿਆਦੀ ਹੱਕ ਨੇ। ਸਰਕਾਰ ਨੇ ਤਾਂ ਇਹਨਾਂ ਹੱਕਾਂ ਨੂੰ ਖੋਹਣ ਲਈ ਕਿੱਲ ਕੱਢਤੇ। ਕਿੱਥੇ ਜਾ ਰਹੇ ਸੀ ਕਿਸਾਨ? ਆਪਣੇ ਦੇਸ਼ ਦੀ ਰਾਜਧਾਨੀ 'ਚ ਹੀ ਜਾ ਰਹੇ ਸੀ, ਆਪਣੇ ਹਾਈਵੇ ਦੇ ਉੱਪਰ ਇਹ ਆਪਣਾ ਉਹਨਾਂ ਨੇ ਕੋਈ ਟ੍ਰੈਫਿਕ ਨਹੀਂ ਸੀ ਰੋਕੀ। ਅੱਜ ਤਾਂ ਇਹ ਤਾਂ ਹਾਈ ਕੋਰਟ ਨੇ ਵੀ ਕਹਿ ਦਿੱਤਾ ਵੀ ਕਿਸਾਨਾਂ ਨੇ ਟ੍ਰੈਫਿਕ ਨਹੀਂ ਰੋਕੀ, ਤੁਸੀਂ ਰੋਕੇ ਨੇ ਬਾਰਡਰ। ਤੋ ਇਹ ਜਿਹੜਾ ਇਹ ਵਰਤਾਰਾ, ਇਸ ਨੂੰ ਇੱਕ ਮਤਲਬ ਜਿਵੇਂ ਪੰਜਾਬ ਇੱਕ ਦੁਸ਼ਮਣ ਦੇਸ਼ ਹੁੰਦਾ, ਇਸ ਤਰ੍ਹਾਂ ਬਣਾ ਕੇ ਪੇਸ਼ ਕਰ ਦਿੱਤਾ। ਵਿਗਾਨਗੀ ਦੀ ਅਹਿਸਾਸ ਹੈ ਜਿਹੜਾ ਸਾਨੂੰ ਕਰਾਇਆ ਗਿਆ। ਅਤੇ ਪੰਜਾਬ ਸਰਕਾਰ ਨੇ ਵੀ ਕੀ ਕੀਤਾ, ਜੇ ਕੇਂਦਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ, ਸੰਵਿਧਾਨਕ ਜ਼ਿੰਮੇਵਾਰੀ, ਪੰਜਾਬ ਸਰਕਾਰ ਵੀ ਆਪਣੀ ਸੰਵਿਧਾਨਕ ਜ਼ਿੰਮੇਵਾਰੀ ਨਿਭਾਉਣ 'ਚ ਜਿਹਨੂੰ ਕਹਿ ਲਈਏ ਕਿ ਅਸਫਲ ਸਾਬਤ ਹੋਈ ਹੈ। ਇੱਕ ਥਾਣੇ ਦਾ, ਥਾਣੇ ਦੇ ਏਰੀਏ ਦੀ ਜੁਡਿਕਸ਼ਨ ਹੁੰਦੀ ਹੈ, ਦੂਜਾ ਥਾਣਾ ਉਸ 'ਚ ਦਖਲ ਅੰਦਾਜ਼ੀ ਨਹੀਂ ਕਰਦਾ, ਉਹਦੇ ਪੁਲਿਸ ਇੰਸਪੈਕਟਰ ਨਾਲ ਤਾਲਮੇਲ ਕਰਨਾ ਪੈਂਦਾ। ਇਹ ਤਾਂ ਸੂਬਾ ਆ, ਫੈਡਰਲ ਸਟਰਕਚਰ ਨੇ, ਪੁਲਿਸ ਅਤੇ ਲਾਅ ਐਂਡ ਆਰਡਰ ਦਾ ਪ੍ਰਬੰਧ ਕਿਸੇ ਸੂਬੇ ਦੀ ਪੁਲਿਸ ਕੋਲ ਆ। ਹੋ ਕੀ ਰਿਹਾ? ਹਾਲੇ ਕਿਸਾਨ ਹਰਿਆਣੇ 'ਚ ਐਂਟਰ ਨਹੀਂ ਹੋਏ, ਉਹ ਪੰਜਾਬ ਦੀ ਧਰਤੀ 'ਤੇ ਹੀ ਨੇ। ਉਹ ਦਿੱਲੀ ਜਾਣਾ ਚਾਹੁੰਦੇ ਸੀ, ਕੇਂਦਰ ਸਰਕਾਰ ਨੇ ਹਰਿਆਣੇ ਨੂੰ ਇਸ਼ਾਰਾ ਕਰਕੇ ਦੋਹੇ ਪਾਸੇ ਭਾਜਪਾ ਦੀਆਂ ਸਰਕਾਰਾਂ ਰੋਕਾਂ ਲਾ ਤੀਆਂ, ਵਿਗਾਨਗੀ ਦੀ ਭਾਵਨਾ ਲਿਆ ਤੀ, ਰੋਕਤਾ ਰਸਤਾ, ਸੰਵਿਧਾਨਕ ਉਲੰਘਣਾ ਤਾਂ ਉੱਥੇ ਹੀ ਹੋ ਗਈ। ਅਤੇ ਹਰਿਆਣਾ ਪੁਲਿਸ ਕੀ ਕਰ ਰਹੀ ਹੈ ਜੀ? ਹਰਿਆਣਾ ਪੁਲਿਸ ਡਰੋਨ ਪੰਜਾਬ ਦੇ ਏਰੀਏ 'ਚ ਤੱਕ ਕੇ ਹੰਝੂ ਗੈਸ ਸੁੱਟ ਰਹੀ ਹੈ। ਕੀ ਪੰਜਾਬ ਸਰਕਾਰ ਦੀ ਇਹ ਜ਼ਿੰਮੇਵਾਰੀ ਨਹੀਂ ਕਿ ਉਹ ਉਸ ਨੂੰ ਕਹੇ ਕਿ ਤੁਸੀਂ ਆਪਣੀ ਜਿਹੜੀ ਮਰਿਆਦਾ ਹੈ ਉਹ ਉਲੰਘ ਰਹੇ ਹੋ? ਪੰਜਾਬ ਦੀ ਸਰਹੱਦ ਦੇ ਵਿੱਚ ਜੇ ਹਰਿਆਣਾ ਪੁਲਿਸ ਦਾ ਕੋਈ ਕੰਮ ਹੈ ਤਾਂ ਉਹ ਪਹਿਲਾਂ ਪੰਜਾਬ ਸਰਕਾਰ ਤੋਂ ਇਜਾਜ਼ਤ ਲਊਗੀ। ਕੀ ਪੰਜਾਬ ਸਰਕਾਰ ਨੇ ਇਜਾਜ਼ਤ ਦਿੱਤੀ ਹੈ? ਕੀ ਪੰਜਾਬ ਦੇ ਜਿਹੜਾ DGP ਹੈ ਜਾਂ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੇ ਇਜਾਜ਼ਤ ਦਿੱਤੀ ਹੈ? ਜੇ ਇਜਾਜ਼ਤ ਦਿੱਤੀ ਹੈ ਤਾਂ ਇਹ ਸੰਵਿਧਾਨਕ ਉਲੰਘਣਾ ਹੈ। ਪੰਜਾਬ ਸਰਕਾਰ ਵੀ ਇਸ ਮਾਮਲੇ 'ਚ ਕਟਹਿਰੇ 'ਚ ਹੈ। ਅੱਜ ਚੇਤਨ ਸਿੰਘ ਜੋੜਾ ਮਾਜਰਾ ਨੇ ਨਿਖੇਧੀ ਕਰ ਦਿੱਤੀ, ਪੰਜਾਬ ਦੇ ਕੈਬਨਿਟ ਮੰਤਰੀ ਨੇ ਆਪ ਦੇ ਨੇ, ਕਿ ਇਹ ਜ਼ਬਰ ਦੀ ਅਸੀਂ ਨਿਖੇਧੀ ਕਰਦੇ ਹਾਂ। ਪਰ ਜਿਹੜੀ ਸੰਵਿਧਾਨਕ ਜ਼ਿੰਮੇਵਾਰੀ ਤੁਹਾਡੀ ਹੈ, ਤੁਸੀਂ ਵੀ ਉਹ ਨਿਭਾਉਣ 'ਚ ਫੇਲ ਹੋਏ ਆ। ਹਰਿਆਣੇ ਦੀ ਪੁਲਿਸ ਦਾ ਪੰਜਾਬ ਦੇ ਅੰਦਰ ਡਰੋਨ ਰਾਹੀਂ ਹਮਲਾ, ਇਹ ਬਿਲਕੁਲ ਠੀਕ ਨਹੀਂ ਹੈ। ਇਹ ਇੱਕ ਕਿਸਮ ਨਾਲ ਦੁਸ਼ਮਣ ਦੇਸ਼ ਵਰਗਾ ਵਿਹਾਰ ਕਰਨ ਦੀ ਰਵਾਇਤ ਹੈ ਜਿਹੜੀ, ਉਹਨੂੰ ਅੱਗੇ ਵਧਾਇਆ ਜਾ ਰਿਹਾ। ਔਰ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਹੱਕਾਂ ਦੇ ਲਈ ਅਸੀਂ ਲੋਕਾਂ ਨੇ ਚੁਣ ਕੇ ਕੁਰਸੀ 'ਤੇ ਬਿਠਾਇਆ, ਨਾ ਕਿ ਪੰਜਾਬ ਦੇ ਲੋਕਾਂ ਦੇ ਉੱਪਰ ਹੋ ਰਹੇ ਅੱਤਿਆਚਾਰ ਨੂੰ ਚੁੱਪਚਾਪ ਕਰਕੇ ਦੇਖਣ ਲਈ ਬਿਠਾਇਆ ਹੋਇਆ। ਜਿਵੇਂ ਲੋਕ ਸ਼ੰਭੂ ਬਾਰਡਰ 'ਤੇ ਸੜਕਾਂ 'ਤੇ ਨੇ, ਕੱਲ੍ਹ ਨੂੰ ਭਾਰਤ ਬੰਦ ਦੀ ਕੌਲ ਹੈ ਸਿੱਖ ਕਿਸਾਨ ਮੋਰਚੇ ਵੱਲੋਂ, ਜਿਹੜੀ ਇਹ ਪੰਜਾਬੀਆਂ ਦੀ ਲੜਨ ਦੀ ਸਪਿਰਿਟ ਹੈ, ਜਿਹਨੂੰ ਕਿ ਪੰਜਾਬੀਆਂ ਦੇ ਜਜ਼ਬੇ ਨੂੰ ਠੱਲ ਨਹੀਂ ਪਾਈ ਜਾ ਸਕਦੀ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹ 2024 ਵਿੱਚ ਵੀ ਕੰਮ ਆਵੇਗਾ, ਕਿ ਇਹ ਮੋਦੀ ਦੇ ਰੱਥ ਨੂੰ ਵੀ ਰੋਕ ਪਾਵੇਗਾ? ਦੇਖੋ, 2024 ਦਾ ਕੀ ਹੁੰਦਾ ਮੈਂ ਤਾਂ ਨਹੀਂ, ਮੈਂ ਹਾਲੇ ਇਸ 'ਤੇ ਇਟ ਇਜ਼ ਟੂ ਅਰਲੀ ਟੂ ਕਮੈਂਟ, ਜਿਹਨੂੰ ਕਹਿੰਦੇ ਬਹੁਤ ਪਹਿਲਾਂ ਦੀ ਟਿੱਪਣੀ ਹੋਏਗੀ। ਪਰ ਮੈਂ ਇੱਕ ਕਹਿ ਦਿੰਦਾ, ਪੰਜਾਬੀਆਂ ਦੇ ਸੁਭਾਅ 'ਚ ਇਹਨੂੰ ਪੰਜਾਬੀਅਤ ਕਹਿੰਦੇ ਨੇ, ਕਿ ਇਹਨਾਂ ਨੇ ਟੈਂ ਕਿਸੇ ਦੀ ਮੰਨੀ ਨਹੀਂ, ਠੀਕ ਹੈ। ਇਸੇ ਕਰਕੇ ਪੰਜਾਬ ਨੇ ਹਰ ਵਾਰ ਜੇ ਕੋਈ ਕੱਟੜਤਾ ਆਉਂਦੀ ਹੈ ਜਾਂ ਇੱਕ ਜੋ ਜਿਹਨੂੰ ਕਹਿੰਦੇ ਜ਼ੁਬਾਨਬੰਦੀ ਆਵੇ ਜਾਂ ਕੱਟੜਤਾ ਆਵੇ ਜਾਂ ਇੱਕ ਰੰਗ 'ਚ ਲਿਆਉਣ ਦੀ ਕੋਈ ਕਿਸੇ ਨੂੰ ਕੋਸ਼ਿਸ਼ ਕਰੇ, ਇਸ ਦਾ ਪੰਜਾਬ ਨੇ ਵਿਰੋਧ ਕੀਤਾ। ਪੰਜਾਬ ਵੱਖ ਵੱਖ ਵਿਚਾਰਾਂ ਦਾ, ਵੱਖ ਵੱਖ ਧਰਮਾਂ ਦਾ, ਸੱਭਿਆਚਾਰਾਂ ਮਤਲਬ ਧਰਮਾਂ ਫਿਰਕਿਆਂ ਦਾ ਗੁਲਦਸਤਾ ਆ। ਪੰਜਾਬੀ ਇੱਕ ਪੂਰੇ ਦਾ ਪੂਰਾ ਇੱਕ ਕੌਮੀਅਤ ਦੇ ਰੂਪ ਦੇ ਵਿੱਚ ਹੈ। ਤੋ ਪੰਜਾਬੀਆਂ ਦੇ ਸੁਭਾਅ 'ਚ ਹੈ ਕਿ ਇਹਨਾਂ ਨੇ ਇਸ ਗੱਲ ਦਾ ਆਪਣਾ ਵਿਰਸਾ ਹੈ ਜਿਹੜਾ ਉਹ ਬਰਕਰਾਰ ਰੱਖਿਆ ਹੋਇਆ। ਮੈਂ ਦੋ ਉਦਾਹਰਨਾਂ ਦੇਣੀਆਂ ਚਾਹੁੰਦਾ, ਤਿੰਨ ਉਦਾਹਰਨਾਂ। ਔਰੰਗਜ਼ੇਬ ਨੇ ਜਦੋਂ ਇਸ ਤਰ੍ਹਾਂ ਦਾ ਰੰਗ ਬੰਨਣ ਦੀ ਕੋਸ਼ਿਸ਼ ਕੀਤੀ ਵੀ ਇੱਕ ਰੰਗ 'ਚ ਰੰਗਾਂਗੇ, ਤਾਂ ਸਾਡੇ ਨੌਵੇਂ ਪਾਤਸ਼ਾਹ ਨੇ ਸੀਸ ਦਿੱਤਾ। ਵਿਚਾਰ ਦੀ ਆਜ਼ਾਦੀ, ਕੋਈ ਵੀ ਅਕੀਦਾ ਮੰਨਣ ਦੀ ਆਜ਼ਾਦੀ ਦੇ ਹੱਕ ਦੀ ਡਟ ਕੇ ਪੈਰਵੀ ਕੀਤੀ, ਠੀਕ। ਇਹ ਇਸ ਨੇ ਲੜਾਈ ਬਣਾਈ। ਜੇ ਅੰਗਰੇਜ਼ ਇੱਥੇ ਜ਼ਬਰ ਕਰਨ ਆਏ
ਤਾਂ ਪੰਜਾਬੀ ਨੇ ਸਭ ਤੋਂ ਵੱਧ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ, ਅੰਗਰੇਜ਼ਾਂ ਦੇ ਖਿਲਾਫ਼ ਲੜਾਈ ਨੂੰ ਇਸ ਦੇਸ਼ 'ਚ ਜਿਹਨੂੰ ਕਹਿੰਦੇ ਤੇਜ਼ੀ ਬਖਸ਼ੀ, ਇਸ ਦੇਸ਼ 'ਚ ਇੱਕ ਮੁਕਾਮ ਹਾਸਲ ਕੀਤਾ। ਉਸ ਲੜਾਈ ਦੇ ਵਿੱਚ ਪੰਜਾਬੀਆਂ ਦੀਆਂ ਕੁਰਬਾਨੀਆਂ ਸਭ ਤੋਂ ਵੱਧ ਨੇ। ਜੇ ਅੱਜ ਐਮਰਜੈਂਸੀ ਲੱਗੀ ਜਦੋਂ 75 'ਚ, ਤਾਂ ਉਸ ਦੇ ਖਿਲਾਫ਼ ਵੀ ਪੰਜਾਬੀਆਂ ਨੇ ਆਪਣੀ ਉਹੀ ਇਤਿਹਾਸਿਕ ਡਿਊਟੀ ਨਿਭਾਈ। ਅੱਜ ਇਸ ਦੇਸ਼ ਨੂੰ ਫਿਰ ਇੱਕ ਰੰਗ 'ਚ ਰੰਗਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਅੱਜ ਇਸ ਦੇਸ਼ ਦੀ ਫਿਰ ਜਿਹੜੀ ਵਿਭਿੰਨਤਾ ਆ, ਵੰਨਸੁਵੰਨਤਾ ਆ, ਉਹ ਸਾਰੇ ਨੂੰ ਮਲੀਆਮੇਟ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ, ਤਾਨਾਸ਼ਾਹੀ ਢੰਗ ਤਰੀਕੇ ਨਾਲ ਲਾਗੂ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਤਾਂ ਇਸ ਮਾਮਲੇ 'ਚ ਪੰਜਾਬੀ ਸੁਭਾਅ, ਪੰਜਾਬੀਅਤ ਇੱਕ ਵਾਰੀ ਫਿਰ, ਜਿਹੜੀ ਇਹ ਚੜ੍ਹਦੀ ਕਲਾ ਦੀ ਪ੍ਰਤੀਕ ਹੈ, ਇਹ ਸੁਭਾਅ ਇੱਕ ਵਾਰੀ ਫਿਰ ਆਪਣੀ ਉਸੇ ਵਿਰਾਸਤ 'ਤੇ ਪਹਿਰਾ ਦੇ ਰਿਹਾ। ਜੇ ਮੋਦੀ ਹਕੂਮਤ ਇਸ ਦੇਸ਼ ਨੂੰ ਤਾਨਾਸ਼ਾਹੀ ਵਾਲੇ ਪਾਸੇ ਧੱਕੂਗੀ, ਤਾਂ ਤੁਸੀਂ ਦੇਖੋਗੇ ਕਿ ਪੰਜਾਬੀ ਸਾਰੇ ਰਲ ਕੇ ਇਸ ਦੇ ਖਿਲਾਫ਼ ਆਪਣੀ ਇੱਕ ਇਤਿਹਾਸਿਕ ਡਿਊਟੀ ਨਿਭਾਉਣਗੇ। ਮੈਂ ਇੱਕੋ ਗੱਲ ਕਹਿ ਕੇ ਇਸ ਗੱਲ ਨੂੰ ਆਪਣੀ ਨੂੰ ਸਮੇਟਣਾ ਚਾਹੁੰਦਾ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਕੁਛ ਠੀਕ ਹੈ, ਕੁਛ ਸਾਥੀ ਅਲੱਗ ਨੇ, ਉਹਨਾਂ ਨੇ ਉਹ ਵੱਖਰਾ, ਪਰ ਫਿਰ ਵੀ ਸੰਯੁਕਤ ਕਿਸਾਨ ਮੋਰਚਾ ਜੇ ਅੱਜ ਦੇਸ਼ 'ਚ ਇੱਕ ਤਾਕਤ ਹੈ, ਤਾਂ ਪੁਰਾਣੀਆਂ 32 ਜਥੇਬੰਦੀਆਂ 'ਚੋਂ 27 ਜਥੇਬੰਦੀਆਂ ਉਹਦਾ ਪਾਰਟ ਨੇ। ਉਗਰਾਹ ਸਾਹਿਬ ਦੀ ਜਥੇਬੰਦੀ ਵੀ ਉਹਦਾ ਪਾਰਟ ਹੈ। ਇਸ ਕਰਕੇ ਪੰਜਾਬੀ ਇੱਕ ਕਿਸਮ ਨਾਲ ਕਿਸਾਨ ਲਹਿਰ ਨੂੰ ਹਾਲੇ ਵੀ ਡੋਮੀਨੇਟ ਕਰ ਰਹੇ ਨੇ, ਔਰ ਇਸ ਕਰਕੇ ਇਸ ਕਿਸਾਨ ਲਹਿਰ 'ਤੇ ਲੋਕ ਭਰੋਸਾ ਕਰ ਰਹੇ ਨੇ, ਠੀਕ। ਔਰ ਇਸ ਭਰੋਸੇ ਨੂੰ ਕਮਜ਼ੋਰ ਕਰਨ ਲਈ, ਇਸ ਨੂੰ ਸਾਰੇ ਨੂੰ ਤੋੜਨ ਲਈ ਲਗਾਤਾਰ ਕੋਸ਼ਿਸ਼ਾਂ ਵੀ ਨੇ ਕਿ ਸੰਯੁਕਤ ਕਿਸਾਨ ਮੋਰਚਾ ਖੰਡਾ ਦਿੱਤਾ ਜਾਵੇ, ਇਸ ਨੂੰ ਖੇਰੂ ਖੇਰੂ ਕਰ ਦਿੱਤਾ ਜਾਵੇ। ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ, ਪੰਜਾਬ ਦੀ ਕਿਸਾਨ ਲਹਿਰ ਨੂੰ ਬਦਨਾਮ ਕਰ ਦਿੱਤਾ ਜਾਵੇ, ਇਸ ਤਰ੍ਹਾਂ ਦਾ ਨੈਰੇਟਿਵ ਹੈ ਜਿਹੜਾ ਖੜਾ ਕੀਤਾ ਜਾ ਰਿਹਾ। ਬਹੁਤ ਸਾਰੇ ਲੋਕ ਕੋਸ਼ਿਸ਼ਾਂ ਕਰਦੇ ਰਹੇ, ਦਿੱਲੀ ਮੋਰਚੇ ਵੇਲੇ ਵੀ ਹੋਈਆਂ ਸੀ ਕਿ ਇਸ ਨੂੰ ਖੰਡਾ ਦਿੱਤਾ ਜਾਵੇ, ਇਸ ਲਹਿਰ ਨੂੰ ਕਰਾਹੇ ਪਾ ਦਿੱਤਾ ਜਾਵੇ। ਹੁਣ ਵੀ ਕੋਸ਼ਿਸ਼ਾਂ ਅਲੱਗ ਅਲੱਗ ਕਿਸਮ ਨਾਲ ਹੋ ਸਕਦੀਆਂ ਨੇ, ਹੋ ਰਹੀਆਂ ਹੋਣਗੀਆਂ, ਕਿਉਂਕਿ ਸਰਕਾਰਾਂ ਇਸ ਲਹਿਰ ਨੂੰ ਕਮਜ਼ੋਰ ਕਰਨ ਲਈ, ਅਸੀਂ ਇਹ ਦੇਖ ਰਹੇ ਹਾਂ ਕਿ ਇਸ ਤਰ੍ਹਾਂ ਦੇ ਵਰਤਾਰੇ ਹੁਣ ਵੀ ਵਾਪਰਦੇ ਨੇ। ਤੋ ਇਹਨਾਂ ਨੂੰ ਕਿਵੇਂ ਓਵਰਕਮ ਕਰਨਾ, ਇਹ ਪੰਜਾਬੀਆਂ ਨੇ ਹੀ ਕਰਨਾ। ਤੋ ਪੰਜਾਬੀਆਂ ਨੂੰ ਬਹੁਤ ਸਬਰ ਨਾਲ, ਦ੍ਰਿੜਤਾ ਨਾਲ, ਸੰਜਮ ਨਾਲ ਇਸ ਲੜਾਈ ਨੂੰ ਸ਼ਾਂਤਮਈ ਢੰਗ ਨਾਲ ਅੱਗੇ ਵਧਾਉਣਾ ਪਊਗਾ, ਕਿਉਂਕਿ ਅਸੀਂ ਉਦੋਂ ਵੀ ਸ਼ਾਂਤਮਈ ਲੜਾਈ ਅੱਗੇ ਵਧਾ ਕੇ ਇਹਨਾਂ ਦਾ ਇਹ ਰੱਥ ਰੋਕਿਆ ਸੀ। ਇਹਨਾਂ ਨੂੰ ਜਿਹੜਾ ਕਹਿੰਦੇ ਸੀ ਵੀ ਕਦੀ ਝੁਕਦਾ ਨਹੀਂ, ਉਹਨੂੰ ਝੁਕਾਉਣ 'ਚ ਸਫਲ ਹੋਏ ਸੀ ਅਸੀਂ, ਤਾਂ ਹੁਣ ਵੀ ਜਿਹੜੀਆਂ ਅਗਲੀਆਂ ਲੜਾਈਆਂ 'ਚ ਸਾਡੀ ਜਿਹੜੀ ਲੋੜ ਹੈ, ਇਤਿਹਾਸਿਕ ਲੋੜ ਹੈ, ਸਾਡੇ ਫਰਜ਼ ਨੇ ਜਿਹੜੇ, ਉਸ ਨੂੰ ਅਸੀਂ ਨਿਭਾਵਾਂਗੇ। ਔਰ ਮੈਂ ਸਮਝਦਾ ਕਿ 16 ਦਾ ਬੰਦ ਇਹ ਇਤਿਹਾਸਿਕ ਫਰਜ਼ਾਂ 'ਚ ਇਸ ਦੇਸ਼ ਨੂੰ ਇੱਕ ਰੰਗ ਰੰਗ 'ਚ ਰੰਗਣ ਦੀ ਜਿਹੜੀ ਨੀਤੀ ਹੈ, ਉਸ ਫਾਸ਼ੀਵਾਦੀ ਮੁਹਿੰਮ ਦੇ ਖਿਲਾਫ਼ ਇੱਕ ਵੱਡਾ ਮੋਰਚਾ ਬੰਨਣ ਦੀ ਲੜਾਈ ਦਾ ਆਗਾਜ਼ ਕਰੂਗੀ, ਉਹਦੀ ਸ਼ੁਰੂਆਤ ਕਰੂਗੀ। ਇਹ 16 ਦਾ ਬੰਦ ਉਸ 'ਚ ਇੱਕ ਇਤਿਹਾਸਿਕ ਰੋਲ ਅਦਾ ਕਰੂਗਾ।